ਸਤਿ ਸ਼੍ਰੀ ਅਕਾਲ ਜੀ, ਮੈਂ ਡੀ ਐਸ ਪੀ ਅਤੁਲ ਸੋਨੀ। ਅੱਜ ਕੱਲ੍ਹ ਮੇਰੀ ਡਿਊਟੀ ਜਿਹੜੀ ਹੈ ਫਾਜ਼ਿਲਕਾ ਦੇ ਵਿੱਚ ਨੋਰਥ ਨਾਰਕੋਟਿਕਸ ਡਿਪਾਰਟਮੈਂਟ ਦੇ ਵਿੱਚ ਹੈਗੀ ਹੈ। ਅਤੇ ਸਾਡੇ ਸੀ ਐਮ ਸਾਹਿਬ ਵੱਲੋਂ ਅਤੇ ਨਾਲ ਸਾਡੇ ਡੀ ਜੀ ਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਮੁਹਿੰਮ ਜਿਹੜੀ ਹੈਗੀ ਹੈ ਨਾਰਕੋਟਿਕਸ ਦੇ ਸੰਬੰਧ ਵਿੱਚ ਆ ਰਹੀ ਹੈਗੀ ਹੈ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਅਸੀਂ ਅੱਜ ਕਾਰਵਾਈ ਕੀਤੀ ਉਹ ਕਰਮਜੀਤ ਸਿੰਘ ਏਲੀਅਸ ਗੱਗੇ ਪੁੱਤਰ ਪ੍ਰੀਤਮ ਸਿੰਘ, ਇਹ ਬਿਸ਼ਨਪੁਰੇ ਦਾ ਰਹਿਣ ਵਾਲਾ, ਬਹਾਪੁਰਾ ਅਤੇ ਨਾਲ ਅਬੋਹਰ ਡਿਸਟ੍ਰਿਕਟ ਦੇ ਵਿੱਚ ਹੀ ਰਹਿੰਦਾ ਹੈਗਾ। ਅਤੇ ਉਹਦੇ ਵਿੱਚ ਜਿਹੜੀ ਇਹਦੀ ਪ੍ਰੋਪਰਟੀ ਸੀਗੀ ਉਹ ਸੀਗੀ ਤਕਰੀਬਨ 20 ਲੱਖ ਰੁਪਏ ਦਾ ਇਹਦਾ ਮਕਾਨ ਸੀਗਾ ਅਤੇ 14,000 ਰੁਪਏ ਦਾ ਬੈਂਕ ਅਕਾਊਂਟ ਸੀਗਾ। ਅਤੇ ਇਹਦੇ ਉੱਪਰ 3 ਮੁਕੱਦਮੇ ਜਿਹੜੇ ਸੀ ਕਮਰਸ਼ੀਅਲ ਸੀਗੇ, ਉਹਦੇ 'ਚ ਇਹਦੀ ਜਿਹੜੀ ਸੀਗੀ ਕਨਵਿਕਸ਼ਨ ਹੋਈ ਸੀਗੀ। ਅਤੇ ਉਹਦੇ ਘਰ ਦੇ ਵਿੱਚ ਜਿਹੜੇ ਅਸੀਂ ਲੀਗਲ ਡਾਕੂਮੈਂਟ ਇਹਦੇ ਲੈ ਕੇ ਅਤੇ ਨਾਲ ਇਹਦਾ ਬੈਂਕ ਅਕਾਊਂਟ ਲੈ ਕੇ ਅਸੀਂ ਲੀਗਲ ਜਿਹੜਾ ਪ੍ਰੋਸੈਸ ਦੇ ਨਾਲ ਜਿਹੜੇ ਕੰਸਰਨ ਡਿਪਾਰਟਮੈਂਟ ਸੀਗਾ ਦਿੱਲੀ ਦੇ ਵਿੱਚ, ਉੱਥੇ ਅਸੀਂ ਇਹਨੂੰ ਭੇਜਿਆ ਸੀਗਾ। ਅਤੇ ਉੱਥੋਂ ਦੀ ਜਿਹੜੀ ਪ੍ਰੋਪਰਟੀ ਦੇ ਸੀਜ਼ ਦੇ ਜਿਹੜੀ ਇਹਦੇ ਆਰਡਰ ਆਏ ਸੀ, ਉਹਦਾ ਜਿਹੜਾ ਅਸੀਂ ਨੋਟਿਸ ਸੀਗਾ ਉਹ ਅਸੀਂ ਇਹਦੇ ਮਕਾਨ ਦੇ ਵਿੱਚ ਇੱਥੇ ਲਗਾਇਆ ਸੀਗਾ। ਇਸ ਦੀ ਜਾਣਕਾਰੀ ਅਸੀਂ ਇਹਦੇ ਪੇਰੈਂਟਸ ਨੂੰ ਦੇ ਦਿੱਤੀ ਸੀਗੀ ਅਤੇ ਉਹ ਆਪ ਦਾ ਲੜਕਾ ਸੀਗਾ ਨਹੀਂ ਉੱਥੇ। ਅਤੇ ਇਸੇ ਸੰਬੰਧ ਦੇ ਵਿੱਚ ਸਾਡਾ ਲੀਗਲ ਜਿਹੜਾ ਪ੍ਰੋਸੈਸ ਚੱਲ ਰਿਹਾ ਹੈਗਾ, ਇਹ 10 ਅਸੀਂ ਹੋਰ ਪ੍ਰੋਪਰਟੀ ਜਿਹੜੀ ਸਾਰੇ ਡਾਕੂਮੈਂਟੇਸ਼ਨ ਉਹਨਾਂ ਦੇ ਇਕੱਠੇ ਕਰਕੇ ਜਿਨ੍ਹਾਂ ਦੇ ਉੱਪਰ ਕਮਰਸ਼ੀਅਲ ਜਿਹੜਾ ਸੀਗਾ ਸਾਰਾ ਜਿਹੜਾ ਮਾਲ ਸੀਗਾ ਉਹ ਅਸੀਂ ਸਾਰਾ ਜ਼ਬਤ ਕਰਕੇ ਅਤੇ ਤਕਰੀਬਨ 2,30,00,000 ਰੁਪਏ ਦਾ ਜਿਹੜਾ ਸਾਰਾ ਪ੍ਰੋਪਰਟੀ ਹੈ ਉਹ ਅਸੀਂ ਸੀਜ਼ ਕਰਾਈ ਹੈ ਅਤੇ ਉਹਨਾਂ ਦੇ ਅਲੱਗ ਅਲੱਗ ਘਰਾਂ ਦੇ ਅਸੀਂ ਜਿਹੜੇ ਨੋਟਿਸ ਲਗਾ ਰਹੇ ਹਾਂ। ਇਸੇ ਸੰਬੰਧ ਦੇ ਵਿੱਚ ਜਿਹੜੇ ਸਾਡੇ SSP ਸਾਹਿਬ ਨੇ ਸ਼੍ਰੀ ਮਨਜੀਤ ਸਿੰਘ ਜੀ TSC ਫਾਜ਼ਿਲਕਾ ਦੇ ਵਿੱਚ, ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਜਿਹੜਾ ਸੀਗਾ 8699398844 ਇਹ ਦਿੱਤਾ ਸੀਗਾ ਸਾਰੀ ਪਬਲਿਕ ਨੂੰ। ਅਤੇ ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕੀਤੀ ਸੀ ਵੀ ਇਹਦੇ ਉੱਪਰ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਸੀਂ ਸਾਨੂੰ ਦਿਆ ਕਰੋ। ਅਤੇ ਉਹਦੇ ਵਿੱਚ ਕਾਫੀ ਇਨਫੋਰਮੇਸ਼ਨ ਸਾਨੂੰ ਆਉਣੀ ਸ਼ੁਰੂ ਹੋ ਗਈ ਹੈ। ਉਹਦੇ ਸੰਬੰਧ ਦੇ ਵਿੱਚ ਲੀਗਲ ਜਿਹੜੇ ਪ੍ਰੋਸੈਸ ਸੀਗੇ ਉਹ ਕਰਕੇ ਅਸੀਂ ਅਤੇ ਉਹਨਾਂ ਦੇ ਉੱਪਰ FIRs ਲੌਂਚ ਕੀਤੀ ਹੈਗੀ ਹੈ।